ਮੇਰੇ ਘਰ ਟੀ ਸੀਰੀਜ਼ ਵਾਲੇ ਆ ਕੇ ਨਾ ਜ਼ਿੰਦਗੀ 'ਚ ਪਹਿਲੀ ਵਾਰੀ ਜਦੋਂ ਮੇਰੇ ਘਰ ਇੱਦਾਂ ਲੱਖ ਰੁਪਈਆ ਰੱਖ ਕੇ ਅਤੇ ਮਤਲਬ ਮੈਂ ਤਾਂ ਹਾਂ ਨਾ ਕੀ ਕਰਨੀ ਸੀ ਮੇਰੇ ਘਰ ਦੇ ਬੇਟੇ ਕਰ ਲੈ ਬੇਟੇ ਇਹ ਕੁਛ ਵੀ ਨਹੀਂ ਹੁੰਦਾ ਕਿੰਨੀ ਕੀ ਗੱਲ ਹੈ ਕਿਤੇ ਹਨਾ ਵੀ ਇਹ ਤਾਂ ਹੋ ਜਾਂਦਾ ਹੁੰਦਾ ਕੁਛ ਵੀ ਨਹੀਂ ਹੈ ਇਹ ਹੋ ਜਾਣਾ ਮੈਂ ਸੋਚਿਆ ਕਰਨਾ ਤਾਂ ਮੈਨੂੰ ਪੈਣਾ ਤੁਸੀਂ ਕਹਿੰਦੇ ਕੁਛ ਵੀ ਨਹੀਂ ਹੈ ਬੇਟੇ ਪੈਸੇ ਥੋੜ੍ਹੇ ਨਹੀਂ ਹੁੰਦੇ ਤੂੰ ਕਰ ਲੈ ਚੱਕ ਚਕਾ ਕੇ ਉਹਨਾਂ ਮੇਰੀ ਟੇਪ ਕਰਾਤੀ ਉਹ ਹਿੱਟ ਹੋ ਗਈ ਹਾਂਜੀ ਉਸ ਤੋਂ ਬਾਅਦ ਮੈਂ ਕਿਹਾ ਚੱਲ ਜਾਨ ਛੁੱਟੀ ਮੈਂ ਸ਼ੁਕਰ ਕੀਤਾ ਵੀ ਪੈਸੇ ਮਿਲੇ ਸੀ ਟੇਪ ਕਰ ਲਈ ਕੈਸੇਟ ਮੇਰੀ ਚੱਲ ਗਈ ਹਿੱਟ ਵੀ ਹੋ ਗਈ ਉਹ ਜਦੋਂ ਹਿੱਟ ਹੋ ਗਈ ਤਾਂ 15-20 ਦਿਨ ਬਾਅਦ ਆ ਕੇ ਸਾਡੇ 2 ਲੱਖ ਰੱਖ ਗਏ ਅਗਲੀ ਤਿਆਰੀ ਕਰੋ ਜੀ ਮੈਨੂੰ ਫਿਰ ਕਹਿੰਦੇ ਬੇਟੇ ਦੇਖਿਆ ਤੈਨੂੰ ਕਿਹਾ ਸੀ ਨਾ ਹੋ ਜਾਣਾ ਬਸ ਇੱਕ ਹਿੰਮਤ ਹੋਰ ਮਾਰ ਇਹ ਵੀ ਹੋ ਜਾਣਾ ਕੁਛ ਨਹੀਂ ਹੁੰਦਾ ਬਸ ਮੈਂ ਤਾਂ ਹਿੰਮਤ ਮਰਵਾ ਮਰਵਾ ਕੇ ਅਤੇ ਮੈਨੂੰ ਉਸ ਪਾਸੇ ਲਾਤਾ ਫਿਰ ਮੇਰੇ ਆਡੀਓ ਆਉਣ ਲੱਗ ਗਏ ਫਿਰ ਵੀਡੀਓ ਆਉਣ ਲੱਗ ਗਏ ਮਤਲਬ ਉਹ ਟਰਨਿੰਗ ਪੁਆਇੰਟ